ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜਨਤਾ ਦੀ ਸਹਾਇਤਾ ਦੇ ਲਈ ਪੁਲਿਸ ਸਾਂਝਾ ਕੇਂਦਰਾਂ ਦੇ ਵਿੱਚ ਹੁਣ ਆਮ ਜਨਤਾ ਕਾਫੀ ਖੁਸ਼ ਦਿਖਾਈ ਦੇ ਰਹੀ ਹੈ। ਇੱਥੇ ਜਨਤਾ ਨੂੰ ਪੁਲਿਸ ਸੰਬੰਧਿਤ ਕੋਈ ਵੀ ਜਾਣਕਾਰੀ 24-48 ਘੰਟਿਆਂ ਦੇ ਵਿੱਚ ਉਪਲਬਧ ਕਰਵਾਈ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਅੱਜ ਮੋਗਾ SSP ਦਫ਼ਤਰ ਦੇ ਵਿੱਚ ਜ਼ਿਲ੍ਹਾ ਮੋਗਾ ਦੇ ਵਿੱਚ ਚੱਲ ਰਹੇ 9 ਸਾਂਝਾ ਕੇਂਦਰਾਂ ਦੀ ਹੋਈ ਮੀਟਿੰਗ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਕੀਤੀ ਹੈ। ਅੱਜ ਜ਼ਿਲ੍ਹਾ ਸਾਂਝ ਕੇਂਦਰ ਦੀ ਜਿਹੜੀ ਮੀਟਿੰਗ ਸੀਗੀ, ਜਿਹਦੀ ਪ੍ਰਧਾਨਗੀ ਸਾਡੇ ਮਾਣਯੋਗ SPS ਸਾਹਿਬ ਨੇ ਉਹਨਾਂ ਨੇ ਕੀਤੀ ਹੈ। ਅੱਜ ਦੀ ਮੀਟਿੰਗ ਦੇ ਵਿੱਚ ਜੋ 9 ਸਾਂਝ ਕੇਂਦਰ ਹੈ, ਉਹਨਾਂ ਨੇ ਅਕਤੂਬਰ ਮਹੀਨੇ ਦਾ ਉਹਨਾਂ ਦੇ ਇਕੱਲੇ ਇਕੱਲੇ ਸਾਂਝ ਕੇਂਦਰ ਦੀ ਕਿੰਨੀ ਸੇਵਾਵਾਂ ਉਹਨਾਂ ਨੇ ਲੋਕਾਂ ਨੂੰ ਦਿੱਤੀਆਂ, ਕਿੰਨੀ ਉਹਨਾਂ ਨੂੰ ਆਮਦਨ ਹੋਈ ਹੈ, ਕਿੰਨਾ ਖਰਚਾ ਹੋਇਆ ਅਤੇ ਕਿੰਨਾ ਉਹਨਾਂ ਦਾ ਫੰਡ ਜਿਹੜਾ ਵਾ ਜਮ੍ਹਾਂ ਹੋਇਆ, ਇਹ ਸਾਰਾ ਵੇਰਵਾ ਹਰ ਮਹੀਨੇ ਜਿਹੜਾ ਵਾ ਇੱਥੇ ਦਿੱਤਾ ਜਾਂਦਾ। ਇੱਕ ਬਹੁਤ ਵਧੀਆ ਰਵਾਇਤ ਹੈ, ਇਹ ਹਰ ਮਹੀਨੇ ਦਾ ਮਹੀਨੇ ਜਿਹੜੀ ਹੈ ਇਹ ਆਡਿਟ, ਇੱਕ ਤਰ੍ਹਾਂ ਦਾ ਆਡਿਟ ਹੋ ਜਾਂਦਾ ਹੈਗਾ ਵਾ। ਔਰ ਜਿਹੜੇ ਮੈਂਬਰ ਹੈਗੇ ਹੈ ਇਸ ਸਾਂਝ ਜ਼ਿਲ੍ਹਾ ਸਾਂਝ ਕੇਂਦਰ ਦੇ, ਜਿਹਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਹੈਗੇ ਹੈ, ਉਹ ਉਸ ਨੂੰ ਚੈੱਕ ਕਰਦੇ ਆ ਔਰ ਆਪਦੀ ਫਿਰ ਉਦੋਂ ਬਾਅਦ ਉਹਦੀ ਮਨਜ਼ੂਰੀ ਦਿੰਦੇ ਆ ਵੀ ਇਹਨਾਂ ਦਾ ਹਿਸਾਬ ਕਿਤਾਬ ਜਿਹੜਾ ਬਿਲਕੁਲ ਠੀਕ ਹੈਗਾ, ਬਿਲਕੁਲ ਪਾਰਦਰਸ਼ੀ ਜਿਹੜਾ ਹੈਗਾ ਕੰਮ ਚੱਲਦਾ, ਜਿਹਦੀ ਅਸੀਂ ਸਾਰੇ ਮੈਂਬਰ ਜਿਹੜੇ ਹੈਗੇ ਆ ਸਮਾਜ ਸੇਵੀ ਸੰਸਥਾਵਾਂ ਦੇ, ਜ਼ਿਲ੍ਹਾ ਸਾਂਝ ਮੈਂਬਰ ਦਾ ਇਹਦੇ ਗੈਰ ਸਰਕਾਰੀ ਮੈਂਬਰ ਹੈ, ਅਸੀਂ ਇਹਦੀ ਬਹੁਤ ਤਾਰੀਫ ਕਰਦੇ ਹੈਗੇ ਹਾਂ। ਔਰ ਇਹ ਜੋ ਬਹੁਤ ਆਮਦਨ ਹੁੰਦੀ ਹੈ, ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ, ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ, ਔਰ ਇੱਥੋਂ ਤੱਕ ਕਿ ਇਹ ਨਸ਼ਿਆਂ ਦੇ ਲੋਕਾਂ ਨੂੰ ਵੀ ਨਸ਼ੇ ਛੱਡਣ ਲਈ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਦੇ ਲਈ ਸਕੂਲਾਂ ਕਾਲਜਾਂ 'ਚ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਵੱਡੇ ਵੱਡੇ ਸੈਮੀਨਾਰ ਵੀ ਲਾਉਂਦੇ ਆ, ਜਾਗਰਿਤ ਕਰਦੇ ਆ, ਸ਼ਹਿਰਾਂ ਪਿੰਡਾਂ 'ਚ ਫਲੈਕਸਾਂ ਵੀ ਲਾਉਂਦੇ ਆ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਟ੍ਰੈਫਿਕ ਸਮੱਸਿਆ ਬਾਰੇ ਵੀ ਇਹ ਜਿਹੜਾ ਲੋਕਾਂ ਨੂੰ ਜਾਗਰੂਕ ਕਰਦੇ ਆ ਕਿਵੇਂ ਟ੍ਰੈਫਿਕ ਨੂੰ ਅਸੀਂ ਠੀਕ ਕਰਨਾ ਸ਼ਹਿਰ ਦੇ ਵਿੱਚ, ਇਸ ਤਰ੍ਹਾਂ ਦੀਆਂ ਵੀ ਨਾਲ ਦਿੰਦੇ ਆ। ਅੱਗੇ ਪਾਸਪੋਰਟ ਬਣਾਉਣ ਲਈ ਟਾਈਮ ਬਹੁਤ ਲੱਗਦਾ ਸੀਗਾ ਵੈਰੀਫਿਕੇਸ਼ਨ ਲਈ, ਹੁਣ 21 ਦਿਨ ਦਾ ਸਮਾਂ ਮਿੱਥਿਆ ਹੋਇਆ, ਉਹਦੇ ਵਿੱਚ ਕੋਈ ਵੀ ਐਸਾ ਕੇਸ ਨਹੀਂ ਹੈਗਾ ਗਾ। ਅੱਜ ਵੀ ਮੀਟਿੰਗ ਦੇ ਵਿੱਚ ਆਈ ਹੈ, ਵਰਕੀ ਵਧਾਈ ਦਿੱਤੀ ਹੈ, ਇਹ ਸਾਂਝ ਕੇਂਦਰ ਦੇ ਸਾਡੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨੂੰ ਵਧਾਈ ਦਿੱਤੀ ਹੈ, ਇੱਕ ਵੀ ਕੇਸ ਪੈਂਡਿੰਗ ਨਹੀਂ ਗਾ ਪਾਸਪੋਰਟ ਵੈਰੀਫਿਕੇਸ਼ਨ ਦਾ, ਜਿਹੜੀ 21 ਦਿਨਾਂ ਤੋਂ ਪਹਿਲਾਂ ਇਹਨਾਂ ਨੇ ਵੈਰੀਫਿਕੇਸ਼ਨ ਨਾ ਕੀਤੀ ਹੋਵੇ। ਇੱਕ ਬਹੁਤ ਵਧੀਆ ਗੱਲ ਹੈ ਕਿ ਬਹੁਤ ਟਾਈਮ ਲੱਗ ਜਾਂਦਾ ਸੀਗਾ, ਹੁਣ FIR ਲੈਣੀ ਹੋਵੇ ਤਾਂ ਨੋਮੀਨਲ ਫੀਸ ਹੈਗੀ ਹੈ ਉਹ ਸਾਂਝ ਕੇਂਦਰ ਤੋਂ ਹੀ ਮਿਲ ਜਾਂਦੀ ਹੈਗੀ, ਅੱਗੇ ਬੰਦਾ ਡਰਦਾ ਕਿ ਇਹਦੀ ਸਿਫਾਰਿਸ਼ ਲੈ ਕੇ ਜਾਣੀ ਪੈਂਦੀ, ਬਿਨਾਂ ਸਿਫਾਰਿਸ਼ ਤੋਂ ਕੰਮ ਹੁੰਦਾ ਵਾ। ਸਾਂਝ ਕੇਂਦਰ 'ਚ ਜਾਓ, FIR ਦਾ ਨੰਬਰ ਅਤੇ ਸਾਲ ਦੱਸੋ ਅਤੇ ਆਪਦੀ ਫੀਸ ਜਮ੍ਹਾਂ ਕਰਾਓ, ਉਸੇ ਵੇਲੇ 2 ਮਿੰਟ ਦੇ ਵਿੱਚ FIR ਦੀ ਕਾਪੀ ਮਿਲ ਜਾਂਦੀ ਹੈਗੀ ਹੈ। ਕੋਈ ਇਸੇ ਤਰ੍ਹਾਂ ਨਾਲ ਕੋਈ ਹੋਰ ਵੈਰੀਫਿਕੇਸ਼ਨ ਜਿਹੜੀ ਹੈ ਬਾਹਰੋਂ ਆਉਂਦੀਆਂ, ਵਿਦੇਸ਼ਾਂ 'ਚ ਆਉਂਦੀਆਂ, ਉਹ ਕਰਨੀਆਂ ਹੁੰਦੀਆਂ, ਉਹਦਾ ਸਮਾਂ ਮਿੱਥਿਆ ਹੋਇਆ। ਔਰ ਬਹੁਤ ਸਹੂਲਤਾਂ ਹੈ ਵੀ ਇਹ ਪਤਾ ਹੈ ਵੀ ਇੰਨੇ ਸਮੇਂ ਦੇ ਵਿੱਚ ਸਹੂਲਤ ਮਿਲ ਜਾਣੀ ਹੈਗੀ ਹੈ, ਔਰ ਉਹ ਇੱਕ ਬਹੁਤ ਵਧੀਆ ਅਦਾਰਾ ਜਿਹੜਾ ਹੈਗਾ ਵੈ ਜ਼ਿਲ੍ਹਾ ਸਾਂਝ ਕੇਂਦਰ ਜਿਹੜੇ ਆ ਬਣਾਏ ਹੋਏ ਹੈਗੇ ਆ, ਔਰ ਇਹਦੀ ਲੋਕਾਂ ਦੇ ਵਿੱਚ ਵੀ ਕਾਫੀ ਤਾਰੀਫ ਹੈ ਕਿਉਂਕਿ ਲੋਕਾਂ ਨੂੰ ਹੁਣ ਸਹੂਲਤਾਂ ਬੜੀਆਂ ਸੌਖੀਆਂ ਸੁਖਾਵੀਆਂ ਮਿਲਦੀਆਂ, ਸਸਤੀਆਂ ਮਿਲਦੀਆਂ ਅਤੇ ਵਿਦਇਨ ਟਾਈਮ ਮਿਲਦੀਆਂ, ਅਤੇ ਲੋਕ ਵੀ ਇਹਨਾਂ ਦੀ ਬਹੁਤ ਤਾਰੀਫ ਕਰਦੇ ਹੈਗੇ ਆ। ਔਰ ਇਹ ਸਰਕਾਰ ਦਾ, ਪੰਜਾਬ ਪੁਲਿਸ ਦਾ ਬਹੁਤ ਹੀ ਵਧੀਆ ਪਬਲਿਕ ਦੇ ਹਿੱਤ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਉਪਰਾਲਾ ਹੈ। ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਇਹ ਸਰਕਾਰ ਦਾ ਨਹੀਂ ਲੋਕਾਂ ਦਾ ਆਪਦਾ ਸਾਂਝ ਕੇਂਦਰ ਹੈ? ਹਾਂ ਬਿਲਕੁਲ ਠੀਕ ਹੈ, ਕਿਉਂਕਿ ਲੋਕਾਂ ਦੀ ਸੇਵਾ ਲਈ ਬਣਿਆ ਹੋਇਆ ਵੈ, ਇਸ ਲਈ ਲੋਕਾਂ ਦਾ ਸਾਂਝ ਕੇਂਦਰ ਹੈ। ਔਰ ਇਹਦੇ ਵਿੱਚ ਜਿੱਥੇ ਸਰਕਾਰੀ ਕਰਮਚਾਰੀ ਹੈਗੇ ਆ ਪੁਲਿਸ ਮਹਿਕਮੇ ਦੇ ਹੈਗੇ, ਉੱਥੇ ਗੈਰ ਸਰਕਾਰੀ ਜਿਹੜੇ ਸੰਸਥਾਵਾਂ ਦੇ ਆ ਉਹ ਦੋਨਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਪ੍ਰਤੀਨਿਧੀਆਂ ਦੇ ਤਾਲਮੇਲ ਦੇ ਨਾਲ
ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਇਹ ਲੋਕਾਂ ਲਈ ਬਣਿਆ, ਲੋਕਾਂ ਦੀ ਸੇਵਾ ਲਈ ਬਣਿਆ ਅਤੇ ਲੋਕਾਂ ਦਾ ਹੀ ਇਸ ਨੂੰ ਜਿਹੜਾ ਇਹ ਅਦਾਰਾ ਕਿਹਾ ਜਾ ਸਕਦਾ। ਸਾਡੇ ਜ਼ਿਲ੍ਹਾ ਮੋਗਾ ਵਿੱਚ 9 ਜਿਹੜੇ ਸਾਂਝ ਕੇਂਦਰ ਆ, ਜਿਨ੍ਹਾਂ ਵਿੱਚ ਇੱਕ ਜ਼ਿਲ੍ਹਾ ਸਾਂਝ ਕੇਂਦਰ, 4 ਸਬ ਡਿਵੀਜ਼ਨ ਸਾਂਝ ਕੇਂਦਰ ਔਰ 4 ਸਾਡੇ ਥਾਣਿਆਂ ਦੇ ਸਾਂਝ ਕੇਂਦਰ ਆ। ਟੋਟਲ ਸਾਡੇ 9 ਸਾਂਝ ਕੇਂਦਰ ਆ ਜਿਹੜੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਆ। ਇਹ ਜਿਹੜੇ ਸਾਂਝ ਕੇਂਦਰ ਸਾਡੇ 2011 ਵਿੱਚ ਹੋ ਚਾਏ ਸੀ, ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ, ਜਿਹੜੀਆਂ ਥਾਣੇ ਦੇ ਵਿੱਚ ਲੋਕ ਪਹਿਲਾਂ ਜਾਂਦੇ ਸੀਗੇ, ਉਹ ਲੋਕ ਪਰੇਸ਼ਾਨ ਹੁੰਦੇ ਸੀ ਲੋਕਾਂ ਦੀ ਸਹੂਲਤ ਵਾਸਤੇ, ਜਿਹੜੇ ਸਾਂਝ ਕੇਂਦਰ ਖੋਲ੍ਹੇ ਗਏ ਆ ਜਿਹਦੇ 'ਚ ਅਸੀਂ ਪਾਸਪੋਰਟ ਵੈਰੀਫਿਕੇਸ਼ਨ, ਪੋਸਟ ਕਲੀਅਰੈਂਸ ਸਰਟੀਫਿਕੇਟ PCC ਜਿਹਨੂੰ ਕਹਿੰਦੇ ਆ, ਸਿਵਲ ਵੈਰੀਫਿਕੇਸ਼ਨ, ਕਿ ਇਹਦਾ ਮੋਬਾਈਲ ਗੁੰਮ ਹੋ ਜਾਣਾ ਜਾਂ ਕਿ ਇਹਦਾ ਕੋਈ ਡਾਕੂਮੈਂਟ ਗੁੰਮ ਹੋ ਜਾਣਾ। ਟੋਟਲ ਸੁਵਿਧਾਵਾਂ ਜਿਹੜੀਆਂ ਪੰਜਾਬ ਪੁਲਿਸ ਵੱਲੋਂ ਸਾਂਝ ਕੇਂਦਰ ਵਿੱਚ ਦਿੱਤੀਆਂ ਜਾਂਦੀਆਂ। ਅੱਜ ਸਾਡੀ ਮਹੀਨਾਵਾਰ ਮੀਟਿੰਗ ਸੀਗੀ, ਮਾਣਯੋਗ SPA ਸਾਹਿਬ ਦੇ ਹਾਜ਼ਰੀ ਦੇ ਉਹਨਾਂ ਦੀ ਪ੍ਰਧਾਨਗੀ ਹੇਠ ਹੋਈ। ਇਹਦੇ ਬਾਰੇ ਅੱਜ ਘੋਖ ਕੀਤੀ ਗਈ ਹੈ ਜਿਹੜੀਆਂ ਅਸੀਂ ਕਿੰਨੀਆਂ ਟੋਟਲ ਸੁਵਿਧਾਵਾਂ ਦਿੱਤੀਆਂ ਜਾਂ ਅਗਾਂਹ ਤੋਂ ਸਾਨੂੰ ਕੀ ਸੁਝਾਅ ਦੇਣੇ ਚਾਹੀਦੇ, ਕਿਹੋ ਜਿਹੀ ਮੀਟਿੰਗ ਕਰਕੇ ਮੈਂਬਰਾਂ ਦੇ ਅਸੀਂ ਸੁਝਾਅ ਲੈਂਦੇ ਹਾਂ ਵੀ ਅੱਗੇ ਤੋਂ ਅਸੀਂ ਹੋਰ ਬਿਹਤਰ ਕੰਮ ਕਰੀਏ। ਇਹ ਸਾਰੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦੇ, ਲੋਕਾਂ ਨੂੰ ਜਾਗਰੂਕ ਕਰਦੇ, ਸੈਮੀਨਾਰ ਲਾ ਕੇ ਵੀ ਲੋਕਾਂ ਦੇ ਵਿੱਚ ਜਾਂਦੇ ਹਾਂ, ਸਕੂਲਾਂ ਕਾਲਜਾਂ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਵੀ ਉਹ ਸਾਡੇ ਸਾਂਝ ਕੇਂਦਰਾਂ ਵਿੱਚ ਆ ਕੇ ਵੱਧ ਤੋਂ ਵੱਧ ਸੁਵਿਧਾਵਾਂ ਲੈਣ। ਕਾਫੀ ਅਹੁਦੇਦਾਰ ਵੀ ਤੁਹਾਡੀ ਸਪੋਰਟ ਕਰਦੇ, ਕੀ ਕਹਿਣਾ ਚਾਹੋਗੇ ਤੁਸੀਂ ਹੋਰ? ਸਾਡੇ ਅਸੀਂ ਸਾਰੀਆਂ ਸੰਸਥਾਵਾਂ ਤੋਂ ਸਹਿਯੋਗ ਲੈਂਦੇ ਹਾਂ, ਧਾਰਮਿਕ ਸੰਸਥਾਵਾਂ ਤੋਂ, ਸਮਾਜਿਕ ਸੇਵੀ ਸੰਸਥਾ ਤੋਂ, ਡਾਕਟਰਾਂ ਤੋਂ, ਟੀਚਰਾਂ ਤੋਂ, ਸਾਰਿਆਂ ਸਹਿਯੋਗ ਦੇ ਨਾਲ ਸਾਡਾ ਜਿਹੜਾ ਸਾਂਝ ਕੇਂਦਰ ਚੱਲ ਰਿਹਾ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ।